251 ਰੁਪਏ ਵਿੱਚ ਫ੍ਰੀडम ਮੋਬਾਈਲ ਵੇਚਣ ਵਾਲੀ ਰਿੰਗਿੰਗ ਬਿਲਸ ਦੇ ਡਾਇਰੈਕਟਰ ਮੋਹਿਤ ਗੋਇਲ ਨੂੰ ਪੁਲਿਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿੱਤਾ। ਜਾਣਕਾਰੀ ਅਨੁਸਾਰ ਗੋਇਲ ਦੇ ਨਾਮ ਉਹਨਾਂ ਦੇ ਕੁਝ ਸਾਥੀਆਂ ਨੂੰ ਵੀ ਫੜਿਆ। ਪਿਛਲੇ ਸਾਲ ਕੰਪਨੀ ਦੇ ਵਿਵਾਦ ਦਾ ਮੁੱਦਾ ਸੰਸਦ ਵਿੱਚ ਉਠਾਉਣ ਤੇ ਪੁਲਿਸ ਅਤੇ ਈਡੀ ਨੇ ਜਾਂਚ ਸ਼ੁਰੂ ਕਰ ਦਿੱਤੀ ਸੀ। ਇਸੇ ਬਾਅਦ ਰਿੰਗਿੰਗ ਬਿਲਸ ਦੇ ਖਿਲਾਫ ਫੋਜ਼ਿਸ ਸਕੈਮ ਤੇ ਧੋਖਾਧੜੀ ਦੀ ਸ਼ਿਕਾਇਤ ਆਈ ਹੈ। ਗਾਜ਼ੀਆਬਾਦ ਪੁਲਿਸ ਨੇ ਵੀ ਆਪਣੇ ਪਿਛਲੇ ਸਾਲ ਫਰਵਰੀ ਵਿੱਚ ਗੋਇਲ ਨੂੰ ਧੋਖਾਧੜੀ ਦੇ ਇਲਜ਼ਾਮ ਵਿੱਚ ਗ੍ਰਿਫਤਾਰ ਕੀਤਾ ਸੀ।